ਜੈ ਗੁਰਦੇਵ ਜੈ ਭੀਮ ਜੀ, ਤੁਹਾਡਾ ਛੋਟਾ ਵੀਰ ਜੱਸੀ ਗੱਡੂ। ਸਾਥੀਓ, ਮੈਂ ਫੇਸਬੁੱਕ ਦੇਖਦਾ ਸੀਗਾ, ਕਾਫੀ ਸਾਡੇ ਕਲਾਕਾਰ ਵੀਰ ਜਿਹੜੇ ਆ, ਵੀਰ ਭਰਾ ਭੈਣਾਂ ਆਪਣੀ ਜਿਹੜੀਆਂ ਕੈਸਟਾਂ ਕੱਢ ਰਹੇ ਆ, ਗੁਰਪੁਰਬ ਦੇ ਸੰਬੰਧ ਵਿੱਚ ਗਾਣੇ ਰਿਲੀਜ਼ ਹੋ ਰਹੇ ਆ। ਸੋ ਕੁਛ ਪੋਸਟਰ ਮੈਂ ਦੇਖੇ ਆ ਜਿਹਦੇ ਵਿੱਚ ਸਤਿਗੁਰਾਂ ਦਾ ਜਿਹੜਾ ਸਰੂਪ ਆ ਉਹਦੇ ਉੱਤੇ ਉਹ ਤਰਸੂਲ ਵਾਲੀਆਂ ਜਿਹੜੀਆਂ ਫੋਟੋਆਂ ਉਹ ਪੋਸਟਰਾਂ ਵਿੱਚ ਲਗਵਾ ਰਹੇ ਆ। ਸੋ ਮੈਂ ਬੇਨਤੀ ਕਰਨਾ ਚਾਹੁੰਦਾ ਉਹਨਾਂ ਕਲਾਕਾਰਾਂ ਭਰਾਵਾਂ ਨੂੰ ਵੀ ਕਿ ਭਰਾਵੋ, ਇਹ ਤਰਸੂਲ ਨਾਲ ਤੁਹਾਨੂੰ ਇੰਨਾ ਪ੍ਰੇਮ ਕਿਉਂ ਹੈ? ਗੁਰੂ ਰਵਿਦਾਸ ਮਹਾਰਾਜ ਜੀ ਦੇ ਇਹ ਮਿਸ਼ਨ ਦਾ ਹਿੱਸਾ ਨਹੀਂ ਹੈ, ਪਰ ਫਿਰ ਵੀ ਸਾਥੀਓ ਵਾਰ ਵਾਰ ਤਰਸੂਲ ਵਾਲੀਆਂ ਫੋਟੋਆਂ ਸ਼ੇਅਰ ਕਰਕੇ ਆਪਾਂ ਕੀ ਸਾਬਿਤ ਕਰਨਾ ਚਾਹੁੰਦੇ ਜਾਂ ਕੀ ਮੈਸੇਜ ਦੇਣਾ ਚਾਹੁੰਦੇ ਹਾਂ ਲੋਕਾਂ ਨੂੰ? ਸੋ ਇਸ ਵਿਸ਼ੇ ਦੇ ਉੱਤੇ ਜ਼ਰੂਰ ਇੱਕ ਵੀਡੀਓ ਜਿਹੜੀ ਹੈ ਆਪਾਂ ਸ਼ੇਅਰ ਕਰਾਂਗੇ। ਬਟ ਫਿਰ ਵੀ ਰਿਕੁਐਸਟ ਹੈ ਸਾਰੇ ਕਲਾਕਾਰਾਂ ਭਰਾਵਾਂ ਨੂੰ ਕਿ ਵੀਰੋ, ਪਲੀਜ਼ ਪੋਸਟਰਾਂ ਦੇ ਵਿੱਚ ਫੋਟੋ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੀ ਉਹੀ ਲਗਾਓ ਜਿਸ ਉੱਤੇ ਕੋਈ ਵੀ ਨਿਸ਼ਾਨ ਨਹੀਂ, ਮੱਥੇ ਉੱਤੇ ਕੋਈ ਟਿੱਕਾ ਨਹੀਂ, ਕੋਈ ਤਰਸੂਲ ਨਹੀਂ, ਕੋਈ ਬਿੰਦੀ ਨਹੀਂ। ਸੋ ਇਸ ਤਰ੍ਹਾਂ ਦੀ ਕੋਈ ਚੀਜ਼ ਨਾ ਹੋਵੇ, ਹੈ ਨਾ। ਸੋ ਜਿਹੜੇ ਸਾਡੇ ਵੀਰ ਜਿੱਦਾਂ ਦਵਿੰਦਰ ਖੇੜਾ ਭਾਅ ਜੀ ਹੋਣੀ ਹੈ, ਦੇਖੋ ਉਹਨਾਂ ਦਾ ਜਦੋਂ ਵੀ ਪੋਸਟਰ ਆਉਂਦਾ ਬਹੁਤ ਹੀ ਵਧੀਆ ਸਤਿਗੁਰਾਂ ਦਾ ਸਰੂਪ ਹੁੰਦਾ। ਸੋ ਇਸ ਤਰ੍ਹਾਂ ਸਾਰੇ ਸਾਥੀ ਜਿਹੜੇ ਸਾਡੇ ਮਿਸ਼ਨਰੀ ਸਾਥੀ ਆ ਉਹ ਤਾਂ ਬਿਲਕੁਲ ਧਿਆਨ ਰੱਖਦੇ ਆ, ਬਾਕੀ ਸਾਥੀਆਂ ਨੂੰ ਵੀ ਬੇਨਤੀ ਕਿ ਜ਼ਰੂਰ ਇਸ ਚੀਜ਼ ਦਾ ਧਿਆਨ ਰੱਖਣ। ਜੈ ਗੁਰਦੇਵ, ਜੈ ਭੀਮ, ਜੈ ਭਾਰਤ।